ਕਹਾਣੀਕਾਰ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਕਹਾਣੀ ਮੀ ਜਾਵੇ ਹਨੇਰੀ ਜਾਵੇ ਜਦੋਂ ਦਾ ਮੰਗਲ ਸਿੰਘ ਫੌਜ ਵਿੱਚ ਭਰਤੀ ਹੋ ਗਿਆ ਸੀ ਬਸੰਤ ਕੌਰ ਨੂੰ ਮੱਝ ਲਈ ਪੱਠੇ ਖੇਤੋਂ ਆਪ ਲਿਆਉਣੇ ਪੈ ਗਏ ਸਨ ਪਿਛਲੇ 6 ਮਹੀਨਿਆਂ ਵਿੱਚੋਂ ਦੋ ਤਾਂ ਬਰਸਾਤਾਂ ਦੇ ਸਨ ਜਦੋਂ ਬੰਜਰਾਂ ਵਿੱਚ ਕਾ ਇਨਾ ਹੋ ਗਿਆ ਹੋਇਆ ਸੀ ਕਿ ਮੱਝਾਂ ਨੂੰ ਚਾਰ ਕੇ ਲਿਆਉਣ ਤੋਂ ਪਿੱਛੋਂ ਬਹੁਤਾ ਤੋੜੀ ਪੱਠਾ ਪਾਉਣ ਦੀ ਲੋੜ ਨਹੀਂ ਸੀ ਤੇ ਬਸੰਤਕੌਰ ਦੀ ਮੱਝ ਨੂੰ ਤਾਂ ਜੋ ਦੁੱਧੋਂ ਨਸ ਚੁੱਕੀ ਸੀ ਬੰਜਰਾਂ ਵਿੱਚ ਚਰਨ ਤੋਂ ਬਿਨਾਂ ਹੋਰ ਕੁਝ ਪਾਇਆ ਵੀ ਨਹੀਂ ਸੀ ਜਾਂਦਾ ਇਸ ਨੂੰ ਵਾਗੀ ਮੁੰਡਾ ਚਾਰ ਕੇ ਲੈ ਆਉਂਦਾ ਸੀ ਜਿਸ ਨੂੰ 2 ਰੁਪਏ ਮਹੀਨਾ ਦਿੱਤੇ ਜਾਂਦੇ ਸਨ ਪਰ ਪਿਛਲੇ 2 ਮਹੀਨਿਆਂ ਤੋਂ ਜਦੋਂ ਦੀ ਮੱਝ ਸੂਪਈ ਸੀ ਅਤੇ ਸਿਆਲ ਦੀ ਰੋਤ ਆ ਰਹੀ ਸੀ ਇਸ ਨੂੰ ਮੱਕੀ ਦੇ ਪੱਠੇ ਪਾਉਣੇ ਬਹੁਤ ਜ਼ਰੂਰੀ ਹੋ ਗਏ ਸਨ ਜੋ ਵਟਾਈ ਉੱਤੇ ਦਿੱਤੇ ਖੇਤਾਂ ਵਿੱਚੋਂ ਬਸੰਤ ਕੌਰ ਨੂੰ ਆਪ ਲਿਆਉਣੇ ਪੈਂਦੇ ਸਨ ਬਸੰਤ ਕੌਰ ਦੀ ਸੱਸ ਬੁੱਢੀ ਮਹਾਕੌਰ ਨੂੰ ਅੱਖਾਂ ਤੋਂ ਥੋੜਾ ਦਿਸਦਾ ਸੀ ਤੇ ਸ਼ਾਇਦ ਐਸੇ ਕਰਕੇ ਉਸ ਨੂੰ ਬਾਹਰ ਖੇਤ ਵਿੱਚੋਂ ਬਸੰਤ ਕੌਰ ਦੇ ਇਕੱਲੇ ਪੱਠੇ ਲੈਣ ਜਾਣ ਉੱਤੇ ਬਹੁਤ ਤੁੜਕੂ ਲੱਗਾ ਰਹਿੰਦਾ ਸੀ ਜੇ ਉਸ ਦੀਆਂ ਅੱਖਾਂ ਦੀ ਜੋਤ ਠੀਕ ਹੁੰਦੀ ਤਾਂ ਸ਼ਾਇਦ ਉਹ ਘਰ ਤੋਂ ਲੈ ਕੇ ਖੇਤ ਤੱਕ ਬਸੰਤ ਕੌਰ ਦੇ ਰਾਹ ਦੀ ਰਾਖੀ ਕਰ ਸਕਦੀ ਪਰ ਹੁਣ ਤਾਂ ਉਸ ਨੂੰ ਚੁੱਲ੍ਹੇ ਚੌਂਕੇ ਵਿੱਚ ਪਈਆਂ ਚੀਜ਼ਾਂ ਵੀ ਘੱਟ ਹੀ ਦਿਸਦੀਆਂ ਸਨ ਪੁੱਤ ਜ਼ਮਾਨਾ ਬੜਾ ਭੈੜਾ ਆ ਗਿਆ ਏ ਆਪਣੀ ਇੱਜ਼ਤ ਆਪ ਸੰਭਾਲਣ ਦੀ ਏ ਉਹ ਬਸੰਤ ਕੌਰ ਨੂੰ ਤਾੜਨਾ ਕਰਦੀ ਕੋਈ ਫਿਕਰ ਨਾ ਕਰ ਬੇਬੇ ਕੋਈ ਜੰਮਿਆ ਨਹੀਂ ਅੱਖ ਚੱਕ ਕੇ ਦੇਖਣ ਵਾਲਾ ਮੈਨੂੰ ਬਸੰਤ ਕੌਰ ਉੱਤਰ ਦਿੰਦੀ ਆਹੋ ਪੁੱਤ ਆਪਣਾ ਮਨ ਚੰਗਾ ਹੋਵੇ ਤਾ ਕਿਸੇ ਦੀ ਕੀ ਮਜਾਲ ਐ ਬਸੰਤ ਕੌਰ ਦਾ ਮਨ ਹਾਲੀ ਤੱਕ ਠੀਕ ਹੀ ਚੰਗਾ ਸੀ ਪਰ ਜ਼ਗੀਰਦਾਰ ਹਰਦਿਆਲ ਸਿੰਘ ਦੇ ਪੁੱਤਰ ਗੁਰਦੇਵ ਸਿੰਘ ਦਾ ਮਨ ਚੰਗਾ ਨਹੀਂ ਸੀ ਪਿਛਲੇ 15 ਦਿਨਾਂ ਤੋਂ ਜਦੋਂ ਤੋਂ ਉਸ ਨੂੰ ਬਸੰਤ ਕੌਰ ਦੇ ਪੱਠਿਆਂ ਨੂੰ ਜਾਣ ਦੇ ਰਾਹ ਅਤੇ ਵੇਲੇ ਦਾ ਪਤਾ ਲੱਗ ਚੁੱਕਾ ਸੀ ਉਹ ਰੋਜ਼ ਬਸੰਤ ਕੌਰ ਨੂੰ ਅੱਗੇ ਪਿੱਛੇ ਰਾਹ ਵਿੱਚ ਮਿਲਦਾ ਅਤੇ ਖੰਗੂਰਾ ਮਾਰ ਕੇ ਲੰਘਦਾ ਸੀ ਬਸੰਤਕੌਰ ਦਾ ਮਨ ਭਾਵੇਂ ਸਾਫ਼ ਸੀ ਉਸ ਨੂੰ ਗੁਰਦੇਵ ਸਿੰਘ ਦੇ ਇਸ ਤਰ੍ਹਾਂ ਰੋਜ਼ ਉਸ ਨੂੰ ਰਾਹ ਵਿੱਚ ਟਕਰਨ ਅਤੇ ਖੰਗੂਰਾ ਮਾਰਨ ਤੋਂ ਕੋਈ ਏਡਾ ਰੋਸ ਨਹੀਂ ਸੀ ਚੜਦਾ ਇਸ ਨਾਲ ਸਗੋਂ ਉਸ ਦੇ ਮਨ ਵਿੱਚ ਇੱਕ ਤਰ੍ਹਾਂ ਦਾ ਅਭਿਮਾਨ ਜਾ ਉਪਜਦਾ ਸੀ ਉਸ ਦਾ ਮਨ ਅੰਦਰੋਂ ਅੰਦਰ ਗੁਰਦੇਵ ਸਿੰਘ ਦੀ ਇਸ ਵਿਅਰਥ ਚੇਸ਼ਟਾ ਉੱਤੇ ਮੁਸਕਰਾਉਂਦਾ ਸੀ ਇੱਕ ਤੈਰਾਕ ਵਾਂਗ ਜਿਸ ਨੂੰ ਨਦੀ ਦੀ ਲਹਿਰ ਦੇ ਚੜਾਓ ਤੋਂ ਸਗੋਂ ਆਪਣੀ ਸ਼ਕਤੀ ਉੱਤੇ ਮਾਣ ਉਪਜਦਾ ਹੈ। ਬਸੰਤ ਕੌਰ ਉਸਦੇ ਅਤੇ ਉਸਦੇ ਖੰਘੂਰੇ ਦੇ ਕੋਲੋਂ ਅਡੋਲ ਲੰਘ ਕੇ ਹਰ ਰੋਜ਼ ਜਿੱਤਣ ਦੇ ਭਾਵ ਨਾਲ ਘਰ ਆਉਂਦੀ ਸੀ। ਮੰਗਲ ਸਿੰਘ ਆਪਣੀ ਮਾਂ ਮਹਾਕੌਰ ਅਤੇ ਪਤਨੀ ਬਸੰਤ ਕੌਰ ਦੀ ਮਰਜ਼ੀ ਦੇ ਉਲਟ ਫੌਜ ਵਿੱਚ ਭੜਤੀ ਹੋਇਆ ਸੀ। ਭੜਤੀ ਨਾ ਹੁੰਦਾ ਤਾਂ ਕੀ ਕਰਦਾ? ਬਾਵੇਂ ਫਸਲਾਂ ਦੇ ਭਾਅ ਚੌਖੇ ਚੜੇ ਹੋਏ ਸਨ ਫਿਰ ਵੀ ਪੰਜੀ ਕੱਚੇ ਵਿੱਗੇ ਪੋਏ ਵਿੱਚੋਂ ਉਹ ਕੀ ਕਮਾ ਸਕਦਾ ਸੀ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਤਾਂ ਭਾਵੇਂ ਉਹ ਕਰਦਾ ਸੀ ਪਰ ਅਤ ਗਰੀਬੀ ਦਾ ਜੀਵਨ ਜੋ ਇਸ ਮਿੱਟੀ ਵਿੱਚੋਂ ਪ੍ਰਾਪਤ ਹੋ ਸਕਦਾ ਸੀ ਉਸ ਨੂੰ ਸੰਤੁਸ਼ਟ ਨਹੀਂ ਸੀ ਕਰ ਸਕਿਆ ਪਿਛਲੇ 4 ਵਰਿਆਂ ਵਿੱਚ ਉਸ ਦੇ ਸਿਰ ਕਰਜ਼ਾ ਚੜ ਚੁੱਕਾ ਸੀ ਤੇ ਜੇ ਉਹ ਇਸੇ ਤਰ੍ਹਾਂ ਚੱਲਦਾ ਰਹਿੰਦਾ ਤਾਂ ਹੋਰ ਪੰਜਾਂ ਕੋਸ਼ਾਲਾਂ ਵਿੱਚ ਉਸ ਨੂੰ ਪਿਓ ਦਾਦੇ ਦੀ ਭਉਏ ਤੋਂ ਵੀ ਹੱਥ ਧੋਣੇ ਪੈਣੇ ਸਨ ਸੋਹਾਰ ਹਟ ਕੇ ਉਹ ਫੌਜ ਵਿੱਚ ਜਾ ਭਰਤੀ ਹੋਇਆ ਉਸ ਨਾਲ ਉਸਦੇ ਕਰਜ਼ੇ ਦਾ ਭਾਰ ਵੀ ਹੌਲਾ ਹੋ ਗਿਆ ਸੀ ਟੱਗੇ ਟਾਂਡੇ ਵੇਚ ਕੇ ਉਸਨੇ ਕਰਜ਼ੇ ਵਿੱਚੋਂ 500 ਉਤਾਰ ਵੀ ਦਿੱਤਾ ਸੀ ਪਰ ਘਰ ਵਿੱਚ ਭਉਏ ਤੋਂ ਵੀ ਬਧੇਰੇ ਦੌਲਤ ਸੀ ਬਸੰਤ ਕੌਰ ਜਿਸ ਦਾ ਬੁੱਢੀ ਮਾਹਕੌਰ ਨੂੰ ਬਹੁਤ ਫਿਕਰ ਸੀ ਜੇ ਮਾਹਕੌਰ ਦੀਆਂ ਅੱਖਾਂ ਠੀਕ ਹੁੰਦੀਆਂ ਤਾਂ ਉਸ ਨੂੰ ਏਡਾ ਫਿਕਰ ਨਾ ਹੁੰਦਾ ਪਰ ਹੁਣ ਤਾਂ ਉਹ ਬਸੰਤ ਕੌਰ ਨੂੰ ਜਾਣੋ ਬਿਲਕੁਲ ਹੀ ਉਗਾੜ ਪਈ ਵਸਤੂ ਸਮਝਦੀ ਸੀ ਉਹ ਅਗਲੇ 5 ਸਾਲ ਕਿਸਮਤ ਨੂੰ ਪਰਖਣ ਲਈ ਤਿਆਰ ਸੀ ਉਹ ਹੋਰ ਗਰੀਬੀ ਵਿੱਚ ਜੀ ਲੈਣ ਨੂੰ ਤਿਆਰ ਸੀ ਜੇ ਮੰਗਲ ਸਿੰਘ ਘਰ ਰਹਿ ਕੇ ਬਸੰਤ ਕੌਰ ਦੀ ਰਾਖੀ ਰੱਖੇ ਪਰ ਮੰਗਲ ਸਿੰਘ ਨਹੀਂ ਸੀ ਮੰਨਿਆ ਬਸੰਤ ਕੌਰ ਨੇ ਵੀ ਕਈ ਦਿਨ ਅੱਖਾਂ ਹੰਝੂਆਂ ਵਿੱਚ ਡੁਬਾਈ ਰੱਖੀਆਂ ਸਨ ਜਦੋਂ ਮੰਗਲ ਸਿੰਘ ਭਰਤੀ ਹੋ ਕੇ ਘਰੋਂ ਚਲਾ ਗਿਆ ਸੀ ਪਰ 2 ਕੁ ਮਹੀਨੇ ਬਾਅਦ ਉਸ ਦੇ 50 ਰੁਪਏ ਮਨੀ ਆਰਡਰ ਰਾਹੀਂ ਆ ਗਏ ਸਨ ਜਿਨ੍ਹਾਂ ਵਿੱਚੋਂ ਵਿਹਾਂ ਕੁ ਦੇ ਮਹਾਕੌਰ ਨੇ ਬਸੰਤ ਕੌਰ ਨੂੰ ਅਤੇ ਉਸ ਦੀ ਸਾਲ ਕੁ ਦੀ ਧੀ ਨੂੰ ਸਿਆਲ ਆਉਂਦਾ ਦੇਖ ਕੇ ਮੋٹے ਕੱਪੜੇ ਬਣਾ ਦਿੱਤੇ ਸਨ ਤੇ ਇੱਕ ਸੂਟ ਜਰਾ ਪਤਲੇ ਕੱਪੜੇ ਦਾ ਬਸੰਤ ਕੌਰ ਨੇ ਆਪਣੀ ਪਸੰਦ ਦਾ ਵੀ ਸਵਾ ਲਿਆ ਸੀ ਤੇ ਹੋਰ ਵੀਹਾਂ ਕੁ ਦੇ ਖਲ ਬੜੀਵੇਂ ਆਦ ਮੱਝ ਲਈ ਆ ਗਏ ਸਨ ਜਿਨ੍ਹਾਂ ਸਦਕਾ ਘਰ ਵਿੱਚ ਘਿਓ ਦਾ ਪੀਪਾ ਪਰਦਾ ਜਾ ਰਿਹਾ ਸੀ ਜਦੋਂ ਗੁਰਦੇਵ ਸਿੰਘ ਤੇ ਬਸੰਤ ਕੌਰ ਨੂੰ ਰਾਹ ਵਿੱਚ ਟੱਕਰਦਿਆਂ 15 ਕੁ ਦਿਨ ਲੰਘ ਗਏ ਤਾਂ ਬਸੰਤ ਕੌਰ ਨੂੰ ਮਹਿਸੂਸ ਹੋਣ ਲੱਗਾ ਕਿ ਉਸ ਦੇ ਕੱਪੜੇ ਭਾਵੇਂ ਇਹ ਉਸਨੇ 2-3 ਵਾਰੀ ਹੀ ਤੋਤੇ ਸਨ ਕੁਝ ਵਧੇਰੇ ਹੀ ਉਦਾਸ ਪੈ ਗਏ ਸਨ ਸੋ 16ਵੇਂ ਇੱਕ ਦਿਨ ਉਸਨੇ ਆਪਣਾ ਸੂਟ ਬਦਲ ਲਿਆ ਇਸ ਦਿਨ ਉਹ ਨਾ ਤੀਵਿਜ ਰੱਬ ਦੇ ਰੇ ਸ਼ੌਂਕ ਨਾਲ ਸੀ ਜਦੋਂ ਉਸ ਦਿਨ ਉਹ ਖੇਤ ਨੂੰ ਜਾ ਰਹੀ ਸੀ ਤਾਂ ਉਸ ਦੇ ਮਨ ਨੇ ਉਸ ਨੂੰ ਮਖੌਲ ਜੇ ਨਾਲ ਆਖਿਆ ਸੀ ਅੱਜ ਗੁਰਦੇਵ ਸਿੰਘ ਦੇ ਸੰਗ ਵਿੱਚੋਂ ਖੰਘੂਰਾ ਨਹੀਂ ਹੌਕਾ ਨਿਕਲੇਗਾ ਤੇ ਹੋਇਆ ਵੀ ਕੁਝ ਏਸੀ ਤਰ੍ਹਾਂ ਜਦੋਂ ਗੁਰਦੇਵ ਸਿੰਘ ਅਤੇ ਬਸੰਤ ਕੌਰ ਰਾਹ ਵਿੱਚ ਮਿਲੇ ਤਾਂ ਗੁਰਦੇਵ ਸਿੰਘ ਨੇ ਖੰਘੂਰਾ ਕੋਈ ਨਾ ਮਾਰਿਆ ਕੁਝ ਹੌਸਲਾ ਕਰਕੇ ਉਹ ਬੋਲਿਆ ਬਸੰਤ ਕੌਰੇ ਅੱਜ ਕਿਧਰੇ ਮੰਗਲ ਤੋਂ ਨਹੀਂ ਆਇਆ ਨਹੀਂ ਜੀ ਬਸੰਤ ਕੌਰ ਨੇ ਸ਼ਰਮਾਉਂਦੀ ਸ਼ਰਮਾਉਂਦੀ ਨੇ ਜਵਾਬ ਦਿੱਤਾ ਤਾਂ ਫਿਰ ਕੱਲ ਆਉਣਾ ਹੋ ਗੁਰਦੇਵ ਸਿੰਘ ਨੇ ਮੋੜ ਕੇ ਆਖਿਆ ਸਾਨੂੰ ਤਾਂ ਕੋਈ ਪਤਾ ਨਹੀਂ ਜੀ ਬਸੰਤ ਕੌਰ ਉਸੇ ਧੀਮੀ ਆਵਾਜ਼ ਅਤੇ ਨੀਮੀਆਂ ਅੱਖਾਂ ਨਾਲ ਜਵਾਬ ਦੇ ਕੇ ਅੱਗੇ ਲੰਘ ਗਈ ਇਸ ਤੋਂ ਤੀਜੇ ਕੁ ਦਿਨ ਗੁਰਦੇਵ ਸਿੰਘ ਐਨ ਉਸ ਵੇਲੇ ਬਸੰਤ ਕੌਰ ਕੋਲ ਖੇਤ ਵਿੱਚ ਆ ਗਿਆ ਜਦੋਂ ਉਹ ਪੱਠੇ ਵੱਢ ਕੇ ਭਰੀ ਚੁੱਕਣ ਦੀ ਸੋਚ ਰਹੀ ਸੀ ਬਿਨਾ ਬੁਲਾਏ ਹੀ ਗੁਰਦੇਵ ਸਿੰਘ ਨੇ ਆ ਕੇ ਪੱਠਿਆਂ ਦੀ ਭਰੀ ਬਸੰਤ ਕੌਰ ਦੇ ਸਿਰ ਉੱਤੇ ਝੁਕਾ ਦਿੱਤੀ। ਬਸੰਤ ਕੌਰ ਦਾ ਲਹੂ ਜਾਣੋ ਉਸ ਦੀਆਂ ਨਾੜੀਆਂ ਵਿੱਚ ਜੰਮ ਗਿਆ। ਉਹ ਬੋਲੀ ਚੱਲੀ ਕੁਝ ਨਾ ਪੱਠੇ ਚੁੱਕ ਕੇ ਘਰ ਨੂੰ ਆ ਗਈ। ਘਰੋਂ ਦੀ ਨੂੰ ਉਹੀ ਮਹਾਕੌਰ ਦੀ ਨਿੱਤ ਦਿਹਾੜੀ ਵਾਲੀ ਤਾੜਨਾ। ਦੇਖੀ ਪੁੱਤ ਕਿਸੇ ਦੇ ਚਾਂਸੇ 'ਚ ਆ ਕੇ ਘਰ ਨੂੰ ਲਾਜ ਨਾ ਲਵਾ ਦੇ। ਸਾਡੇ ਪਿੰਡ ਦਾ ਰਵਈਆ ਕੁਝ ਚੰਗਾ ਨਹੀਂ। ਇਹ ਜਗੀਰਦਾਰਾਂ ਦਾ ਮੁੰਡਾ ਤਾਂ ਕਿਸੇ ਦੇ ਸਾਧਣ ਦਾ ਹੈ ਹੀ ਨਹੀਂ ਬਸੰਤ ਕੌਰ ਦੀ ਇਹ ਗੱਲ ਖਾਨੇ ਤਾਂ ਲੱਗੀ ਪਰ ਉਹ ਆਪਣੇ ਆਪ ਨੂੰ ਕੁੜਕੀ ਵਿੱਚ ਫਸੀ ਮਹਿਸੂਸ ਕਰ ਰਹੀ ਸੀ ਜੇ ਰੱਬ ਇਸ ਮੁੰਡੇ ਨੂੰ ਆਪ ਹੀ ਸਮਤ ਦੇਵੇ ਤਾਂ ਚੰਗਾ ਏ ਉਸਨੇ ਸੋਚਿਆ ਉਸਨੇ 5 ਪੈਸੇ ਦੇ ਪਤਾਸੇ ਸੁਖੇ ਜੇ ਕੱਲ ਤੋਂ ਗੁਰਦੇਵ ਉਸ ਦਾ ਪਿੱਛਾ ਛੱਡ ਦੇਵੇ ਮਹਾਕੌਰ ਦੀ ਉਸਨੇ ਅੱਗੇ ਵਾਂਗ ਹੀ ਦ੍ਰਿੜਤਾ ਪਰੇ ਉੱਤਰ ਨਾਲ ਤਸੱਲੀ ਕਰਵਾ ਦਿੱਤੀ ਪਰ ਕੱਪੜੇ ਲੱਤੇ ਦਾ ਸ਼ੌਂਕ ਬਸੰਤਕੌਰ ਦਾ ਨਾ ਘਟਿਆ ਦੂਜੇ ਨਹੀਂ ਤਾਂ ਤੀਜੇ ਦਿਨ ਤਾਂ ਉਹ ਜ਼ਰੂਰ ਸੂਟ ਬਦਲਦੀ ਇੱਕ ਦਿਨ ਤਾਂ ਇੱਕ ਗਵੰਡਣ ਨੇ ਆਖ ਹੀ ਦਿੱਤਾ ਕੁੜੇ ਪੱਠਿਆਂ ਨੂੰ ਚੱਲੀਆਂ ਕਿ ਤੀਆਂ ਦੇ ਮੇਲੇ ਤੇ ਪਰ ਬਸੰਤਕੌਰ ਨੇ ਹੱਸ ਕੇ ਗੱਲ ਟਾਲ ਦਿੱਤੀ ਫਿਰ ਵੀ ਬਸੰਤਕੌਰ ਆਪਣੇ ਪੱਠਿਆਂ ਨੂੰ ਜਾਣ ਦੇ ਵੇਲੇ ਵਿੱਚ ਥੋੜੇ ਬਹੁਤ ਮਿੰਟਾਂ ਦੀ ਬਦਲੀ ਜ਼ਰੂਰ ਨਿਤ ਕਰ ਦਿੰਦੀ ਤੇ ਇਸ ਤਰ੍ਹਾਂ ਕਈ ਵਾਰੀ ਗੁਰਦੇਵ ਸਿੰਘ ਉਸ ਨੂੰ ਭਰੀ ਚਕੌੜ ਵੇਲੇ ਨਾ ਮਿਲ ਸਕਦਾ ਉਹਨਾਂ ਦੀ ਅੱਗੇ ਪਿੱਛੇ ਰਾਹ ਵਿੱਚ ਹੀ ਟੱਕਰ ਹੋ ਜਾਂਦੀ 15-20 ਦਿਨ ਇਸ ਤਰ੍ਹਾਂ ਜਿਉਂ-ਤਿਉਂ ਕਰਕੇ ਲੰਘ ਗਏ ਤਾਂ ਮੰਗਲ ਸਿੰਘ ਦੀ ਚਿੱਠੀ ਆ ਗਈ ਕਿ ਉਹ ਹੋਰ 15 ਕੁ ਦਿਨਾਂ ਤੱਕ ਮਹੀਨੇ ਦੀ ਛੁੱਟੀ ਆਵੇਗਾ ਮਹਾਕੌਰ ਦੀ ਤਾਂ ਜਾਨ ਵਿੱਚ ਜਾਨ ਪੈ ਗਈ ਬਸੰਤ ਕੌਰ ਦੇ ਭਾਵਾ ਨੂੰ ਵੀ ਸੁਭਾਅ ਕੀ ਹਲੂਣਾ ਆ ਗਿਆ ਉਸ ਦੇ ਦਿਨ ਰਾਤ ਉਡੀਕ ਵਿੱਚ ਲੰਗਣ ਲੱਗੇ ਅਤੇ ਗੁਰਦੇਵ ਸਿੰਘ ਦੇ ਲੱਛਣਾਂ ਤੋਂ ਵੀ ਉਸ ਦਾ ਮਨ ਕੁਝ ਖਿਜਣ ਜਾਂ ਲੱਗ ਪਿਆ ਦੋ ਚਾਰ ਵਾਰੀ ਤਾਂ ਉਸ ਨੇ ਗੁਰਦੇਵ ਸਿੰਘ ਪਾਸੋਂ ਭਰੀ ਚਕਾਉਣ ਤੋਂ ਨਾਂ ਵੀ ਕਰ ਦਿੱਤੀ ਇੱਕ ਦਿਨ ਜਦੋਂ ਗੁਰਦੇਵ ਸਿੰਘ ਨੇ ਉਸ ਨੂੰ ਭਰੀ ਚਕਾਈ ਤਾਂ ਪਿੱਛੋਂ ਉਸ ਦੇ ਹੱਥਾਂ ਨੂੰ ਹੱਥ ਲਾ ਦਿੱਤਾ ਜਿਸ ਉੱਤੇ ਉਸ ਨੇ ਖਿਜ ਕੇ ਗੁਰਦੇਵ ਸਿੰਘ ਨੂੰ ਕੁਝ ਬੁਰਾ ਭਲਾ ਵੀ ਕਿਹਾ ਜਿਸ ਨੂੰ ਗੁਰਦੇਵ ਸਿੰਘ ਨੇ ਮੁਸਕਰਾ ਕੇ ਸਵੀਕਾਰ ਕਰ ਲਿਆ ਪਰ ਪਹਿਰਾਵੇ ਬਾਰੇ ਬਸੰਤ ਕੌਰ ਦੇ ਸ਼ੌਂਕ ਵਿੱਚ ਕੋਈ ਫਰਕ ਨਾ ਆਇਆ ਤੇ ਨਾ ਹੀ ਗੁਰਦੇਵ ਸਿੰਘ ਦੇ ਉਸ ਦਾ ਪਿੱਛਾ ਕਰਨ ਦੇ ਜੋਸ਼ ਵਿੱਚ ਸਗੋਂ 4-5 ਦਿਨ ਬਾਅਦ ਜਦੋਂ ਉਸ ਨੂੰ ਵੀ ਪਿੰਡ ਵਿੱਚੋਂ ਪਤਾ ਲੱਗ ਗਿਆ ਕਿ ਮੰਗਲ ਸਿੰਘ ਛੁੱਟੀ ਆ ਰਿਹਾ ਉਸ ਨੇ ਸਮੇਂ ਨੂੰ ਆਪਣੇ ਵਿਰੁੱਧ ਜਾਂਦਾ ਅਨੁਭਵ ਕਰਕੇ ਕੁਝ ਅਗਲੇ ਕਦਮ ਪੁੱਟਣ ਦੀ ਧਾਰ ਲੀ ਹੁਣ ਜੇ ਕਦੇ ਬਸੰਤਕੌਰ ਜਰਾ देर ਕਰਕੇ ਵੀ ਪੱਠਿਆਂ ਵਾਲੇ ਖੇਤ ਵਿੱਚ ਪਹੁੰਚਦੀ ਤਾਂ ਉਹ ਉੱਥੋਂ ਮੁੜਦਾ ਨਾ ਅਤੇ ਜਿੰਨਾ ਚਿਰ ਉਹ ਪੱਠੇ ਨਾ ਵੱਢ ਲੈਂਦੀ ਖੇਤ ਦੇ ਨੇੜੇ-ਤੇੜੇ ਘੁੰਮਦਾ ਰਹਿੰਦਾ ਫਿਰ ਉਹ ਪੱਠੇ ਚੁਕਾਉਣ ਲੱਗਿਆ ਬਸੰਤਕੌਰ ਨੂੰ ਕੋਈ ਨਾ ਕੋਈ ਗੱਲ ਵੀ ਕਹਿਣ ਲੱਗ ਗਿਆ ਉਸ ਦੀ ਸੁੰਦਰਤਾ ਬਾਰੇ ਅਤੇ ਆਪਣੀ ਬਹਿਬਲਤਾ ਬਾਰੇ ਬਸੰਤਕੌਰ ਇਹਨਾਂ ਗੱਲਾਂ ਦਾ ਕੋਈ ਜਵਾਬ ਨਾ ਦਿੰਦੀ ਕਈ ਵਾਰੀ ਉਹ ਪਰਿਚ ਜਾਣ ਤੋਂ ਪਹਿਲਾਂ ਬਸੰਤ ਕੌਰ ਨੂੰ ਕੋਈ ਗੱਲ ਆਖਦਾ ਤਾਂ ਉਹ ਜਵਾਬ ਵਿੱਚ ਕਹਿ ਛੱਡਦੀ ਚੰਗਾ ਪਰਾਂ ਹੋ ਮੈਂ ਪੱਠੇ ਆਪੇ ਚੱਕ ਲਵਾਂ ਤੇ ਨਿਰ ਉੱਤਰ ਹੋ ਕੇ ਗੁਰਦੇਵ ਸਿੰਘ ਉਸ ਨੂੰ ਭਰੀ ਚਕਾਉਣਾ ਦੇਣਾ ਹੀ ਆਪਣੀ ਗਨਿਮਤ ਸਮਝਦਾ ਫਿਰ ਇੱਕ ਦਿਨ ਭਰੀ ਚਕਾਉਣ ਵੇਲੇ ਗੁਰਦੇਵ ਸਿੰਘ ਨੇ ਬਸੰਤ ਕੌਰ ਦੇ ਦੋਵੇਂ ਹੱਥ ਫੜ ਲਏ ਤੇ ਉਸ ਦੇ ਚਿਹਰੇ ਵਿੱਚ ਅੱਖਾਂ ਗੱਡ ਦਿੱਤੀਆਂ ਛੱਡ ਦੇ ਗੁਰਦੇਵ ਸਿੰਘ ਮੇਰੇ ਹੱਥ ਬਸੰਤ ਕੌਰ ਬੜੀ ਸਹਿਣਸ਼ੀਲਤਾ ਨਾਲ ਬੋਲੀ ਭਲਕੇ ਮੇਰੇ ਸਰਦਾਰ ਨੇ ਛੁੱਟੀ ਆ ਜਾਣਾ ਗੁਰਦੇਵ ਸਿੰਘ ਪਾਸੋਂ ਬਸੰਤ ਕੌਰ ਦੇ ਹੱਥ ਇੱਕਦਮ ਛੁੱਟ ਗਿਆ ਅਤੇ ਉਸਨੇ ਪੁੱਛਿਆ ਕਿੰਨੇ ਚਿਰ ਦੀ ਛੁੱਟੀ ਆਉਣਾ ਹੈ ਮੰਗਲ ਸਿੰਘ ਨੇ ਮਹੀਨੇ ਦੀ ਬਸੰਤ ਕੌਰ ਨੇ ਜਵਾਬ ਦਿੱਤਾ ਗੁਰਦੇਵ ਸਿੰਘ ਨੇ ਚੁੱਪ ਕਰਕੇ ਭਰੀ ਚੁਕਾ ਦਿੱਤੀ ਅਤੇ ਬਸੰਤ ਕੌਰ ਘਰ ਨੂੰ ਤੁਰ ਪਈ ਉਸ ਦੇ ਮਨ ਵਿੱਚ ਅੱਜ ਫਿਰ ਕਿਸੇ ਵਿਸ਼ੇਸ਼ ਜਿੱਤ ਦਾ ਅਨੁਭਵ ਸੀ ਇਹ ਜਿੱਤ ਉਸ ਦੀ ਆਪਣੇ ਆਪ ਉੱਤੇ ਸੀ ਜਾਂ ਗੁਰਦੇਵ ਸਿੰਘ ਉੱਤੇ ਇਸ ਦਾ ਸ਼ਾਇਦ ਉਸ ਨੂੰ ਆਪ ਨੂੰ ਵੀ ਪੱਕਾ ਪਤਾ ਨਹੀਂ ਸੀ ਦੂਜੇ ਦਿਨ ਸਵੇਰ ਨੂੰ ਮੰਗਲ ਸਿੰਘ ਪਿੰਡ ਆ ਗਿਆ ਅਤੇ ਅੱਜ ਤੋਂ ਬਸੰਤ ਕੌਰ ਦੀ ਪੱਠੇ ਲਿਆਉਣ ਦੀ ਵਾਰੀ ਖਤਮ ਹੋ ਗਈ ਦਿਨ ਟੜੇ ਜਦੋਂ ਗੁਰਦੇਵ ਸਿੰਘ ਅੱਗੇ ਵਾਂਗ ਪੱਠਿਆਂ ਵਾਲੇ ਖੇਤ ਵਿੱਚ ਆਇਆ ਤਾਂ ਉਸ ਨੂੰ ਬਸੰਤ ਕੌਰ ਦੀ ਥਾਂ ਮੰਗਲ ਸਿੰਘ ਪੱਠੇ ਵੜਦਾ ਦਿਸਿਆ ਪਹਿਲਾਂ ਤਾਂ ਉਸ ਦਾ ਮਨ ਉੱਥੋਂ ਹੀ ਮੁੜ ਜਾਣ ਨੂੰ ਕੀਤਾ ਪਰ ਫਿਰ ਉਸਨੇ ਕੋਲ ਆ ਕੇ ਮੰਗਲ ਸਿੰਘ ਨੂੰ ਬੁਲਾਉਣਾ ਹੀ ਵਦੇਰੇ ਮناسب ਸਮਝਿਆ ਕਦੋਂ ਆਇਆ ਮੰਗਲ ਸਿੰਘ ਉਸਨੇ ਪੱਠੇ ਵੱਢ ਰਹੇ ਮੰਗਲ ਸਿੰਘ ਦੇ ਕੋਲ ਦੀ ਲੰਗ ਦੇ ਖਲੋ ਕੇ ਆਖਿਆ ਅੱਜ ਹੀ ਆਇਆ ਸਰਦਾਰ ਗੁਰਦੇਵ ਸਿੰਘ ਤੁਸੀਂ ਕਿਵੇਂ ਇੱਧਰ ਮੰਗਲ ਸਿੰਘ ਨੇ ਜਵਾਬ ਵਿੱਚ ਪੁੱਛਿਆ ਮੈਂ ਵੀ ਫਿਰਦਾ ਫਿਰਦਾ ਇੱਧਰ ਆ ਗਿਆ ਅੱਜ ਗੁਰਦੇਵ ਸਿੰਘ ਕਹਿਣ ਲੱਗਾ ਅੱਗੇ ਕੌਣ ਪੱਠੇ ਲੈ ਜਾਂਦਾ ਹੁੰਦਾ ਸੀ ਬਸੰਤ ਕੌਰ ਹੀ ਲੈ ਜਾਂਦੀ ਸੀ ਮੰਗਲ ਸਿੰਘ ਨੇ ਜਰਾ ਨਿਮਰ ਹੋ ਕੇ ਆਖਿਆ ਹਾਂ ਦੇਖੀ ਤਾਂ ਮੈਂ ਵੀ ਸੀ ਇੱਕ ਦੋ ਵਾਰੀ ਕੋਈ ਕਾਮਾਂ ਲਾ ਦੇਣਾ ਸੀ ਗੁਰਦੇਵ ਸਿੰਘ ਨੇ ਹਮਦਰਦੀ ਦਿਖਾ ਕੇ ਆਖਿਆ ਇੰਨੀ ਪਹੁੰਚ ਹੋਵੇ ਤਾਂ ਫੌਜ ਵਿੱਚ ਠੱਕੇ ਖਣ ਜਾਈਏ ਕੋਈ ਨਹੀਂ ਬਸੰਤ ਕੁਰਦਾ ਕੀ ਘਸ ਗਿਆ ਪੱਠੇ ਲਜਾਣ ਨਾਲ ਗੁਰਦੇਵ ਸਿੰਘ ਹੱਸ ਪਿਆ ਘਸਣਾ ਕੀ ਸੀ ਤੇਰੇ ਪਿੱਛੋਂ ਉਸ ਨੇ ਮਖੌਲ ਵਿੱਚ ਆਖਿਆ ਮੰਗਲ ਸਿੰਘ ਨੇ ਵੀ ਉੱਤਰ ਵਿੱਚ ਹੱਸ ਦਿੱਤਾ ਗੁਰਦੇਵ ਸਿੰਘ ਉਸ ਨੂੰ ਪੱਠੇ ਵੜਦਾ ਛੱਡ ਕੇ ਅੱਗੇ ਲੰਘ ਗਿਆ। ਬੇਮੁੰਡਿਆ ਹਾਲੇ ਹੋਰ ਕਿੰਨਾ ਚਿਰ ਫੌਜ ਵਿੱਚ ਰਹੇਗਾ? ਮਹਾਕੌਰ ਨੇ ਇੱਕ ਦਿਨ ਮੰਗਲ ਸਿੰਘ ਨੂੰ ਪੁੱਛਿਆ। ਹਾਲੇ ਤਾਂ ਨਹੀਂ, ਮਾਂ ਮੇਰੀ ਪੈਨਸ਼ਨ ਹੋ ਜਾਣੀ ਹੈ 6 ਮਹੀਨਿਆਂ ਪਿੱਛੋਂ। ਮੰਗਲ ਸਿੰਘ ਨੇ ਜਵਾਬ ਦਿੱਤਾ। ਪੈਲਸਣ ਤਾਂ ਪੁੱਤ ਵੱਡੇ ਹੋਏ ਦੀ ਜਾ ਕੇ ਹੋਊ। ਪਿੱਛੋਂ ਘਰ ਦਾ ਕੀ ਬਣੂ? ਮੈਂ ਤਾਂ ਨਦੀ ਕੰਢੇ ਰੁਖੜਾ ਹਾਂ। ਜਾਂ ਤੂੰ ਬਸੰਤਕੌਰ ਨੂੰ ਨਾਲ ਹੀ ਲੈ ਜਾ ਜਿੰਨਾ ਚਿਰ ਤੂੰ ਬੈਠੀ ਐ ਓਨਾ ਚਿਰ ਮਾਂ ਮੈਨੂੰ ਕੀ ਫਿਕਰ ਹੈ ਘਰ ਦਾ ਜਾਂ ਬਸੰਤਕੌਰ ਦਾ ਫਿਕਰ ਤਾਂ ਤੈਨੂੰ ਕੋਈ ਨਹੀਂ ਮੂੰਹ ਤੇ ਸਲਾਉਣਾ ਚੰਗਾ ਨਹੀਂ ਹੁੰਦਾ ਤੇਰੀ ਬਸੰਤਕੌਰ ਤਾਂ ਪਾਈ ਕੁਠਾਲੀ ਚੋਂ ਕੱਢਿਆ ਹੋਇਆ ਸੋਨਾ ਐ ਪਰ ਪੁੱਤ ਸਮਾਂ ਬੁਰਾ ਐ ਹੋਵੇ ਬੁਰਾ ਮੰਗਲ ਸਿੰਘ ਨੇ ਜਾਣੋ ਸਮੇ ਨੂੰ ਆਪਣੀ ਮਾਂ ਅਤੇ ਬਸੰਤਕੌਰ ਦੀ ਤਕੜਾਈ ਦੇ ਸਹਾਰੇ ਵੰਗਾਰ ਦਿੱਤੀ ਬੇਪੁੱਤ ਊ ਤਾਂ ਘਰ 'ਚ ਵੀ ਕੋਈ ਘਾਟਾ ਨਹੀਂ ਸੀ 250 ਰੁਪਇਆ ਤੂੰ ਹੋਣ ਲਿਆ ਕੇ ਸ਼ਾਹੂਕਰ ਦਾ ਕਰਜ਼ਾ ਮੋੜ ਦਿੱਤਾ 400 ਰਹਿ ਸਾਰਾ ਰਹਿ ਗਿਆ ਅਸੀਂ ਮੈਂ ਵੇਚ ਦਈਏ ਤਾਂ ਉਹ ਵੀ ਉੱਤਰ ਜਾਂਦਾ ਫਿਰ ਮੈਂ ਕਰੂੰ ਕੀ ਤੂੰ ਖੇਤੀ ਕਰ ਹੋਰ ਕੀ ਕਰਨਾ ਹੈ 500 ਦੇ ਬਲਦ ਫੇਰ ਲੈਣੇ ਪੈਣਗੇ ਮਹਾਕੌਰ ਇਸ ਲੋਡ ਨੂੰ ਭੁਲਾਈ ਬੈਠੀ ਸੀ ਮੈਂ ਤਾਂ ਅਸੀਂ ਹੁਣ ਵੇਚ ਹੀ ਦੇਣੀ ਆ ਬਸੰਤ ਕੌਰ ਨੇ ਗੱਲਬਾਤ ਵਿੱਚ ਸ਼ਾਮਲ ਹੋ ਕੇ ਆਖਿਆ 6 ਮਹੀਨਿਆਂ ਨੂੰ ਮੇਰੀ ਝੋਟੀ ਨੇ ਸੂ ਪੈਣਾ ਏ ਇਹ ਝੋਟੀ ਉਹ ਸੀ ਜੋ ਬਸੰਤ ਕੌਰ ਦੇ ਪਿਓ ਨੇ ਕੱਟੀ ਹੋਣ ਸਮੇਂ ਤੋਂ ਬਸੰਤ ਕੌਰ ਦੀ ਬਣਾ ਦਿੱਤੀ ਸੀ ਤੇ ਹੁਣ ਤੱਕ ਉਸ ਦੇ ਪੇਕੇ ਘਰ ਹੀ ਪਲ ਰਹੀ ਸੀ ਪਰ ਬਲਦ ਹੁਣ ਕਿੱਥੋਂ ਆਣਗੇ ਮੰਗਲ ਸਿੰਘ ਨੇ ਆਪਣਾ ਸਵਾਲ ਦੁਹਰਾਇਆ ਬਲਦ ਬਸੰਤ ਕੌਰ ਕੁਝ ਸੋਚਣ ਲੱਗ ਪਈ ਫਿਰ ਉਹ ਬੋਲੀ ਆ ਜਿਹੜਾ ਮੇਰੇ ਕੋਲ ਕੁਝ ਟਮਸ਼ਲਾ ਏ ਇਹ ਵੇਚ ਦਿੰਨੇ ਆ ਫੇਰ ਬਣਾ ਲਵਾਂਗੇ ਜੇ ਰੱਬ ਫਸਲ ਚੰਗੀ ਲਾਉ ਤਾਂ ਨਾ ਧੀਏ ਤੇ ਨੂੰ ਨਹੀਂ ਅਸੀਂ ਸੁਖੀ ਸੰਦੀ 부ੱਚੀ ਕਰਨਾ ਮਹਾਕੌਰ ਦ੍ਰਿੜਤਾ ਨਾਲ ਬੋਲੀ ਫਸਲ ਲੱਗੂ ਤਾਂ ਬਲਦਾਂ ਵਾਲਾ 500 ਵੀ ਉੱਤਰ ਹੀ ਜਾਊ ਦੇਖ ਮਾ ਮੰਗਲ ਸਿੰਘ ਫਿਰ ਬੋਲਿਆ ਖੇਤੀ ਦਾ ਕੋਈ ਭਰੋਸਾ ਨਹੀਂ ਇਹ ਫਸਲ 2 ਸਾਲ ਲੱਗ ਗਈ ਤਾਂ ਭਾਵੇਂ ਕਰਜ਼ਾ ਉੱਤਰ ਜਾਵੇ ਜੇ ਨਾ ਲੱਗੀ ਤਾਂ ਹੋਰ ਚੜ ਜਾਊ ਫਿਰ ਆਪਾਂ ਕਿਧਰੇ ਜੋਗੇ ਨਹੀਂ ਰਹਿਣਾ ਹੁਣ ਮੈਂ 55 ਰੁਪਏ ਚੜੇ ਮਹੀਨੇ ਲੈ ਲੈਣਾ ਮੀ ਜਾਵੇ ਨੇਰੀ ਜਾਵੇ ਮਹੀਨੇ ਦੀ 5 ਤਰੀਕ ਨੂੰ 55 ਮਿਲ ਜਾਂਦੇ ਆ ਰਸਦ ਪਾਣੀ ਸਰਕਾਰੀ ਆ ਮੈਂ ਮਹੀਨੇ ਦੇ 35 40 ਸਹਿਜੀ ਬਚਾ ਲੈਣਾ ਤੁਸੀਂ ਮੇਰਾ ਪਿੱਛਾ ਪੂਰੋ ਦਿਲ ਨਾ ਤੋੜੋ ਇਸ ਉੱਤੇ ਦੋਵੇਂ ਇਸਤਰੀਆਂ ਚੁੱਪ ਕਰ ਗਈਆਂ ਦੋਹਾ ਇਸਤਰੀਆਂ ਦੇ ਜੋਰ ਦੇਣ ਉੱਤੇ ਮੰਗਲ ਸਿੰਘ ਨੇ ਮੱਝ 350 ਨੂੰ ਵੇਚ ਕੇ ਕਰਜ਼ੇ ਤੋਂ ਮੁਕਤੀ ਪ੍ਰਾਪਤ ਕਰ ਲਈ ਘਰ ਵਿੱਚ 20 ਘਸੇਰ ਘਿਓ ਜੁੜਿਆ ਹੋਇਆ ਸੀ ਮੰਗਲ ਸਿੰਘ ਦੇ ਛੌਣੀ ਨੂੰ ਮੋੜਨ ਤੋਂ ਇੱਕ ਦਿਨ ਪਹਿਲਾਂ ਬਸੰਤ ਕੌਰ ਇਸ ਘਿਓ ਨੂੰ ਤੱਤਾ ਕਰਨ ਲੱਗੀ ਤਾਂ ਮੰਗਲ ਸਿੰਘ ਨੇ ਇਸ ਦਾ ਕਾਰਨ ਪੁੱਛਿਆ ਕਿਉਂ ਤੈ ਇਹ ਲੈ ਕੇ ਨਹੀਂ ਜਾਣਾ ਬਸੰਤ ਕੌਰ ਨੇ ਪ੍ਰਸ਼ਨ ਵਿੱਚ ਉੱਤਰ ਦਿੱਤਾ ਲੈ ਮੈਂ ਕੀ ਕਰਨਾ ਹੈ ਕਿਉਂ ਉੱਥੇ ਮਿਲ ਜਾਂਦਾ ਸਾਨੂੰ ਕਿਉਂ ਵੀ ਸਰਕਾਰੀ ਮੰਗਲ ਸਿੰਘ ਨੇ ਆਖਿਆ ਸਵਾ ਹੁੰਦਾ ਹੋ ਉਹ ਕਿਉਂ ਬਸੰਤ ਕੌਰ ਆਪਣੇ ਜੁੜੇ ਹੋਏ ਖਰੇ ਕਿਉ ਦੇ ਅਭਿਮਾਨ ਵਿੱਚ ਬੋਲੀ ਖਬਰਾਂ ਕੀ ਪਾਉਂਦੇ ਹੋਣਗੇ ਇਸ ਕਿਉ ਵਿੱਚ ਵੇ ਉਹ ਕੀ ਹੁੰਦਾ ਬਨਾਸਪਤੀ ਹੁੰਦਾ ਹੋ ਪੁੱਤ ਮਹਾਕੌਰ ਨੇ ਵੀ ਆਖਿਆ ਮੈਂ ਕੋਈ ਮਾੜਾ ਤਾਂ ਨਹੀਂ ਹੋ ਕੇ ਆਇਆ ਉਹ ਕਿਉ ਖਾਂਦਾ ਮੰਗਲ ਸਿੰਘ ਨੇ ਹਲਕੇ ਜਿਹੇ ਵਿਅੰਗ ਨਾਲ ਆਖਿਆ ਨਾਲੇ ਹੁਣ ਤੁਹਾਡੇ ਕੋਲ ਦੁੱਧ ਨਹੀਂ ਹੋਣਾ। ਮਾਂ ਤੁਸੀਂ ਇਸ ਘਿਓ ਨਾਲ 6 ਮਹੀਨੇ ਰੋਟੀ ਚੋਪੜੋਂਗੇ। ਜਦ ਤਾਈ ਬਸੰਤ ਕੌਰ ਦੀ ਝੋਟੀ ਨਹੀਂ ਸੋਂਦੀ। ਦੋਹਾਂ ਦੇ ਨਾ ਨਾ ਕਰਦਿਆਂ ਮੰਗਲ ਸਿੰਘ ਨੇ ਉਸ ਘਿਓ ਨੂੰ ਅੱਗ ਤੋਂ ਲਾ ਦਿੱਤਾ। ਸਾਨੂੰ ਇਹ ਤੱਤਾ ਤਾਂ ਕਰ ਲੈਣ ਦੇ ਬਸੰਤ ਕੌਰ ਕਹਿਣ ਲੱਗੀ। ਮੇਰੇ ਗਏ ਤੋਂ ਕਰ ਲਿਓ ਤੱਤਾ। ਮੰਗਲ ਸਿੰਘ ਨੇ SLA ਬਦਲਣ ਦੀ ਗੁੰਜਾਇਸ਼ ਨਾ ਛੱਡਦੀ ਆਖਿਆ। ਤਾਂ ਵੀ ਮੰਗਲ ਸਿੰਘ ਨੇ ਦੋ ਘਸੇਰ ਘਿਓ ਦੀ ਪੰਜੀਰੀ ਰਲਾ ਦਿੱਤੀ ਗਈ। ਮੈਨੂੰ ਵੀ ਹੁਣ ਛੇਤੀ ਬਲਾ ਲੈ ਛੋਣੀ। ਬਸੰਤ ਕੌਰ ਨੇ ਰਾਤ ਦੀ ਇਕੱਲ ਵਿੱਚ ਮੰਗਲ ਸਿੰਘ પાસે ਬੇਨਤੀ ਕੀਤੀ। ਮਾਂ ਦੀ ਸੰਭਾਲ ਕੌਣ ਕਰੂ? ਮੰਗਲ ਸਿੰਘ ਨੇ ਪੁੱਛਿਆ। ਬਸੰਤ ਕੌਰ ਕੋਲ ਇਸ ਦਾ ਕੋਈ ਉੱਤਰ ਨਹੀਂ ਸੀ। ਮੇਰਾ ਨਹੀਂ ਇੱਥੇ ਜੀ ਲੱਗਦਾ। ਆਖ ਕੇ ਉਹ ਹੋ ਕੇ ਪਰਦੀ। ਮੰਗਲ ਸਿੰਘ ਨੂੰ ਚੰਬੜ ਗਈ। ਜਿਵੇਂ ਮੀਂਹ ਚਖੜ ਦਾ ਮਾਰਿਆ ਪੰਛੀ ਆਪਣੇ ਆਲਣੇ ਵਿੱਚ ਆ ਡਿੱਗਦਾ ਹੈ। ਸ਼ੁਕਰੀਆ ਦੋਸਤੋ।